ਰਾਜਪੁਰਾ ਦੇ ਵਿੱਚ ਪ੍ਰਦੂਸ਼ਣ ਵਿਭਾਗ ਦੇ ਵੱਲੋਂ ਫੈਕਟਰੀ ਤੇ ਰੇਡ ਕੀਤੀ ਗਈ ਹੈ। ਪੰਜਾਬ ਸਿੰਚਾਈ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਟਿੰਬਰ ਮਾਰਕੀਟ ਰਾਜਪੁਰਾ ਦੇ ਵਿੱਚ ਸਥਿਤ ਕਿੰਗ ਫਿਸ਼ਰ ਨੰਦ ਦੀ ਵਾਟਰ ਪੈਕਿੰਗ ਕੰਪਨੀ ਉੱਤੇ ਛਾਪਮਾਰੀ ਕੀਤੀ ਹੈ। ਇਸ ਸੰਬੰਧੀ ਜਦੋਂ ਐਸਟੀਐਮ ਰਾਜਪੂਰਾ ਦੇ ਨਾਲ ਗਲਪਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਿੰਚਾਈ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਦੇ ਵੱਲੋਂ ਰਾਜਪੂਰਾ ਸਥਿਤ ਇੱਕ ਕੰਪਨੀ ਤੇ ਛਾਪਾ ਮਾਰੀ ਕੀਤੀ ਗਈ ਜਿਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਪਠਿਆਲਾ ਨੂੰ ਭੇਜ ਦਿੱਤੀ ਗਈ ਹੈ ਅਤੇ ਉਹਨਾਂ ਦੱਸਿਆ ਕਿ ਟੀਮ ਨੇ ਕੰਪਨੀ ਨੂੰ ਦਸਤਾਵੇਜ਼ ਦੇਖਾਉਣ ਦੇ ਲਈ ਕਿਹਾ ਗਿਆ ਸੀ ਪਰ ਉਸ ਸਮੇਂ ਕੰਪਨੀ ਵੱਲੋਂ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਜਿਸੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਬਿਊਰੋ ਰਿਪੋਰਟ ਇੰਡੀਆ న్యూਸ ਪੰਜਾਬ ਉਹਦੇ ਚਿੱਕ ਕਮੇਟੀ ਗਠਿਤ ਕਰਕੇ ਜਿਹੜੀ ਹੈ ਉਹ ਉੱਥੇ ਭੇਜ ਕੇ ਪੜਤਾਲ ਕਰਾਈ ਗਈ ਸੀ ਉਸ ਕਮੇਟੀ ਨੇ ਵੀ ਇਹੀ ਕਿਹਾ ਸੀਗਾ ਕਿ ਜਿਉਂ ਉਸ ਸਮੇਂ ਵੀ ਉਹ ਬੋਰਵੈਲ ਦੀ ਜਿਹੜੀ ਸੀਗੀ ਕੋਈ ਵੀ ਪ੍ਰਮਾਣਗੀ ਦਿਖਾਉਣ ਤੋਂ ਅਸਮਰਥ ਰਹੇ ਸੀਗੇ ਤੇ ਅੱਜ ਵੀ ਜਿਹੜੇ ਹੈ ਉੱਚ ਅਧਿਕਾਰੀਆਂ ਦੇ ਆਦੇਸ਼ ਪ੍ਰਾਪਤ ਹੋਏ ਸੀਗੇ ਤਾਂ ਦੁਬਾਰਾ ਤੋਂ ਫੇਰ ਕਮੇਟੀ ਇਕੱਠਿਤ ਕਰਕੇ ਜਿਹੜੀ ਹੈ ਉਹ ਟੀਮ ਭੇਜੀ ਗਈ ਸੀ ਉੱਥੇ ਟੀਮ ਨੇ ਰਿਪੋਰਟ ਜਿਹੜੀ ਹੈ ਚੈਕਿੰਗ ਕਰਕੇ ਪੇ ਦੇ ਦਿੱਤੀ ਹੈ ਜਿਹੜੀ ਕਿ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਨੂੰ ਅਗਲੇਰੀ ਕਾਰਵਾਈ ਤੇ ਭੇਜ ਦਿੱਤੀ ਜਾਵੇਗੀ ਤੇ ਅੱਜ ਵੀ ਜਿਹੜੀ ਹੈ ਬੋਰਵੈਲ ਦੀ ਜਿਹੜੀ ਕੋਈ ਪਰਮਿਸ਼ਨ ਸੀਗੀ ਉਹ ਜਿਹੜੀ ਸੰਸਥਾ ਹੈ ਪ੍ਰਫੈਕਟਿਵ ਉਹ ਦਿਖਾਨ ਤੋਂ ਅਸਮਰੱਥ ਰਹੀ ਹੈ ਅਨ ਲੱਕੜ ਮੰਡੀ ਦੇ ਵਿੱਚ ਜਿਹੜੀ ਹੈਗੀ ਹੈ ਉਹ ਫੈਕਟਰੀ ਹੈ ਫੈਕਟਰੀ ਦਾ ਨਾਮ ਮੇਰੇ ਧਿਆਨ